ਮੁਹਾਲੀ ਜੀਰਕਪੁਰ ਜਿਹੜਾ ਏਅਰਪੋਰਟਰ ਰੋਡ ਆ ਉਸ ਦੇ ਉੱਪਰ ਜਿਹੜੇ ਕੀ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਪੋਸਟਰ ਲਗਾਏ ਗਏ ਸਨ ਮੁਹਾਲੀ ਦੇ ਨਿਰਮਲ ਸਿੰਘ ਨੇ ਪੋਸਟਰ ਵਾਈਸ ਹਨ ਤਾਂ ਉਹਨਾਂ ਦੇ ਪੋਸਟਰਾਂ ਤੇ ਕਾਲਖ ਮਸਲੀ ਗਈ ਹੈ ਗੱਲਬਾਤ ਕਰ ਲੈਣ ਸਾਡੇ ਨਾਲ ਨਿਰਮਲ ਸਿੰਘ ਜੀ ਮੌਜੂਦ ਨੇ ਇਹ ਭਾਜੀ ਪੋਸਟਰ ਲਗਾਏ ਗਏ ਸੀ ਤੁਹਾਡੇ ਵੱਲੋਂ ਕਿੰਨੇ ਪੋਸਟਰ ਸੀਗੇ ਹੁਣ ਜਿਹੜੀ ਕਾਲਖ ਮਸਲੀ ਗਈ ਹੈ ਕਿਸ ਤਰ੍ਹਾਂ ਵੇਖਦੇ ਹੋ ਇਹ ਵੀਰ ਜੀ ਸਾਡੇ ਜਿਹੜੇ ਪੋਸਟਰ ਲਾਏ ਹੋਏ ਸੀ ਮੈਂ ਮੁਹਾਲੀ 'ਚ ਮੇਰੇ ਮੁਹਾਲੀ 190 95 ਪੋਸਟਰ ਸੀਗੇ ਟੋਟਲ ਲੱਗੇ ਹੋਏ ਮੁਹਾਲੀ 'ਚ ਕਿਤੇ ਕੋਈ ਪ੍ਰੋਬਲਮ ਨਹੀਂ ਆਈ ਇਹ ਜੀਰਕਪੁਰ ਦੀ ਛਾੜੀਆਂ ਲਾਈਟਾਂ ਤੇ 44 ਲਾਈਟਾਂ ਤੇ ਉੱਥੇ ਪੋਸਟਰ ਸੀਗਾ ਇੱਕ ਤੇ ਉਹਦੇ ਵਿੱਚ ਮੇਰੇ ਤੇ ਨੁਜੋਜੀ ਦੇ ਚਿਹਰੇ ਦੇ ਕਾਲਕ ਦੀ ਪੋਤ ਲਾਈ ਹੈ ਕਿਸ ਨੇ ਸਰ ਇਹ ਜਿਹੜੇ ਪੋਸਟਰ ਲਗਾਏ ਗਏ ਸਨ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਪਤ ਲੱਗੀ ਹੈ ਕਿ ਕਿਹੜਾ ਬੰਦਾ ਸੀ ਜਿਹੜੇ ਨੇ ਕਾਲਖ ਮਸਲੀਆ ਕਿਉਂਕਿ ਵੇਖ ਸਕਦੇ ਨਹੀਂ ਜਿਹੋ ਜੀ ਹਰਕਤ ਕੀਤੀ ਗਈ ਹੈ ਅਕਸਰ ਪੁਲਿਸ ਕੋਲ ਕੰਪਲੀਟ ਤੱਕ ਹੀ ਹੋਈ ਹੋਣੀ ਹੈ ਪੁਲਿਸ ਨਾਲ ਮੇਰੀ ਗੱਲ ਹੋਈ ਸੀ ਮੇਰੇ ਐਸ ਐਚਓ ਜੀਰਕਪੁਰ ਨਾਲ ਗੱਲ ਹੋਈ ਸੀਗੀ ਇਹ ਕੁਝ ਨਹੀਂ ਸ਼ਰਾਰਤੀ ਤੱਤ ਹੈਗੇ ਆ ਤੇ ਉਹ ਉਹਨਾਂ ਨੇ ਵਿਚਾਰਾਂ ਨੇ ਜਿੰਨਾ ਕ ਆਪਣਾ ਜੁਗਾ ਇਹ ਬੰਦੇ ਜਿੰਨੇ ਜਗੇ ਹੁੰਦੇ ਆ ਉਹਨਾਂ ਨੇ ਆਪਣਾ ਕੰਮ ਕਰਤਾ ਸਾਨੂੰ ਇਹ ਗੱਲਾਂ ਨਾਲ ਕੋਈ ਫਰਕ ਨਹੀਂ ਸਾਡੀ ਉਹ ਰੈਪੋ ਹਣੀ ਬੈਸੀ ਇਦਾਂ ਦੇ ਬੰਦੇ ਬਾਰੇ ਕੋਈ ਗੱਲ ਵੀ ਕਰੀਏ ਉਹਨਾਂ ਨੇ ਜੋ ਕਰਤਾ ਰੱਬ ਉਹਨਾਂ ਨੂੰ ਹੀ ਪਹਲਾ ਰੱਖੇ ਕੋਈ ਦਿੱਕਤ ਦੀ ਗੱਲ ਨਹੀਂ ਸਿੱਧੂ ਸਾਹਿਬ ਦੇ ਹੱਕ ਦੇ ਵਿੱਚ ਪੋਸਟਰ ਲਾਏ ਗਏ ਸੀ ਕੀ ਲੱਗਦਾ ਹੈ ਕਿ ਜਾਂ ਦੂਜੇ ਧੜੇ ਵੱਲੋਂ ਕੰਮ ਕੀਤਾ ਗਿਆ ਹੋਵੇ ਜਾਂ ਕਿਸੇ ਵਿਅਕਤੀ ਦਾ ਕੋਈ ਤਾਂ ਸ਼ੰਕਾ ਹੋਊਗਾ ਨਾ ਸ਼ੱਕ ਹੋਊਗਾ ਕਿਸੇ ਨਹੀਂ 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 ਇਹ ਤੇ ਕੋਈ ਸ਼ੱਕ ਨਹੀਂ ਹੈਗੀ ਉਹੀ ਤੁਹਾਨੂੰ ਮੈਂ ਉਹੀ ਗੱਲ ਜਿਹੜੀ ਮੈਂ ਹੁਣ ਕਹੀ ਆ ਬਈ ਇਹ ਕੋਈ ਸ਼ਰਾਰਤੀ ਤਤ ਹੋਣਾ ਉਹ ਲਾ ਗਿਆ ਆਪਣਾ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਉਹ ਜੋ ਵੀ ਕਰ ਗਿਆ ਪ੍ਰਮਾਤਮਾ ਉਹਨੂੰ ਲੰਬੀ ਉਮਰ ਬਖਸ਼ੇ ਸਿੱਧੂ ਸਾਹਿਬ ਨਾਲ ਗੱਲਬਾਤ ਹੋਈ ਕਿਉਂਕਿ ਸਿੱਧੂ ਸਾਹਿਬ ਦੀ ਫੋਟੋ ਵਿੱਚ ਸੀ ਸਿੱਧੂ ਸਾਹਿਬ ਦੀ ਫੋਟੋ ਤੇ ਕਾਲਖ ਮਸਲੀ ਗਈ ਹੈ। ਉਹਦੀ ਫੋਟੋ ਤੇ ਕਾਲਖ ਮਸਲੀ ਗਈ ਹੈ। ਕੋਈ ਗੱਲਬਾਤ ਹੋਈ ਸਿੱਧੂ ਸਾਹਿਬ ਨਾਲ ਕਿ ਆ ਐਂ ਕਰਕੇ ਆਪਣੇ ਪੋਸਟਰਾਂ ਦੇ ਕਾਲਖ ਮਸਲੀ ਗਈ ਹੈ। ਹਾਂਜੀ ਮੇਰੀ ਨਵਜੋਤ ਜੀ ਨਾਲ ਗੱਲ ਹੋਈ ਸੀ ਸਵੇਰੇ 9:30 ਵਜੇ ਤੇ ਕੱਲੀ ਗੱਲ ਹੋ ਗਈ ਸੀਗੀ। ਮੈਂ ਨਵਜੋਤ ਜੀ ਨੂੰ ਦੱਸਿਆ ਸੀ ਜੇ ਇਹ ਗੱਲ ਹੋਈ ਆ। ਉਹ ਕਹਿੰਦੇ ਨਿਰਮਲੇ ਬਹੁਤ ਛੋਟੀਆਂ ਗੱਲਾਂ ਇਹ ਗੱਲਾਂ ਦਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਤੁਸੀਂ ਇਦਾਂ ਕਰੋ ਵੀ ਉਸ ਤੇ ਪੋਸਟਰ ਨਾ ਮਾਲਾ ਦਿਓ। ਤੇ ਉਸ ਤੋਂ ਬਾਅਦ ਮੈਂ ਫਿਰ ਮੁੰਡਾ ਭੇਜ ਕੇ ਉੱਥੇ ਆਪਾਂ ਨਵਾਂ ਹੀ ਆਪਣਾ ਬੈਨਰ ਲਾ ਦਿੱਤਾ ਸੀਗਾ ਮੇਰੇ ਨਾਲ ਲਾ ਕੇ ਐਸਐਚਓ ਜਿਰਕਪੁਰ ਮੈਂ ਦੁਬਾਰਾ ਕਹਿ ਤਾ ਸੀ ਮੈਂ ਕਿ ਸਾਡਾ ਬੈਨਰ ਲੱਗ ਗਿਆ ਮੇਰੇ ਮਾਰੀ ਬਾਈ ਜੀ ਮਾੜਾ ਧਿਆਨ ਰੱਖਿਓ ਕਿਉਂਕਿ ਜਿਹੜਾ ਸਾਡਾ ਬੈਨਰ ਸੀਗਾ ਉਹ 15 20 ਫੁੱਟ ਉੱਚਾ ਹੈਗਾ ਉੱਥੇ ਦੇਖੋ ਜਾਂ ਤੂੰ ਪੂੜੀ ਨਾਲ ਬੰਦਾ ਸਕਦਾ ਜਾਂ ਉਹਨੇ ਪ੍ਰੋਪਰ ਕੋਈ ਵੱਡਾ ਟਰੱਕ ਲਿਆ ਕੇ ਜਾਂ ਗੱਡੀ ਲਾ ਕੇ ਖੜੀ ਕੀਤੀ ਆ ਤੇ ਉਹ ਜੋ ਵੀ ਉਹਨਾਂ ਵਿਚਾਰ ਨੇ ਮਿਹਨਤ ਕੀਤੀ ਇਸ ਗੱਲ ਦੀ ਉਹ ਮੇਰੇ ਨਾਲੋਂ ਸਾਰੇ ਤੋਂ ਜ਼ਿਆਦਾ ਮਿਹਨਤ ਕੀਤੀ ਇਸ ਗੱਲ ਦੀ ਉਹਨੇ ਪਰ ਕੋਈ ਗੱਲ ਨਹੀਂ ਆਪਾਂ ਨਵਾਂ ਲਾਤਾ ਉੱਥੇ ਕੋਈ ਕੋਈ ਕਾਰਵਾਈ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ ਤੁਸੀਂ ਪੁਲਿਸ ਅਧਿਕਾਰੀਆਂ ਨੂੰ ਮਿਲੇ ਕੋਈ ਕਿਸੇ ਬੰਦੇ ਨੂੰ ਤੇ ਕੋਈ ਕਾਰਵਾਈ ਦੀ ਨਹੀਂ ਪੁਲਿਸ ਅਧਿਕਾਰੀਆਂ ਨੂੰ ਮਿਲੇ ਨਹੀਂ ਕੱਲ ਮੈਂ ਆਪਣਾ ਮੀਟਿੰਗ ਸੀ ਮੀਟਿੰਗ ਜਿੱਥੇ ਆ ਸੀ ਅੱਜ ਸਾਡਾ ਪ੍ਰੋਗਰਾਮ ਸੀਗਾ ਉੱਥੇ ਦਿੱਲੀ ਅੱਜ ਫਿਰ ਦਿੱਲੀ ਨਿਕਲ ਕੇ ਸਿੱਧਰ ਸੇ ਸੀ ਜਿਹੜੀ ਕਹਿ ਰਹੇ ਹਾਂ ਐਸ ਐਚ ਓ ਓਂਕਾਰ ਜੀ ਨਾਲ ਗੱਲਬਾਤ ਹੋਈ ਜਿਹੜੀ ਜਿਰਪੁਰ ਹਾਂ ਜਿਰਪੁਰ ਐਸ ਐਚ ਓ ਓਂਕਾਰ ਜੀ ਨਾਲ ਮੇਰੀ ਅੱਧਾ ਘੰਟਾ ਪਹਿਲੇ ਗੱਲ ਹੋਈ ਹੈ ਹੁਣ ਦਿੱਲੀੋਂ ਆਣ ਤੋਂ ਬਾਅਦ ਮੇਰੀ ਹੋਈ ਸੀ ਉਹਨਾਂ ਨਾਲ ਗੱਲ ਉਹਨਾਂ ਨੇ ਇਹੀ ਗੱਲ ਕਹੀ ਹੈ ਬਈ ਬਾਈ ਜੀ ਸਾਨੂੰ ਪਤਾ ਲੱਗ ਗਿਆ ਸੀ ਅ ਬਹੁਤ ਧੰਨਵਾਦ ਸਾਡੇ ਨਾਲ ਸਨ ਨਿਰਮਲ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਹਰਕਤ ਕੀਤੀ ਗਈ ਹੈ ਕਿਸੇ ਵੱਲੋਂ ਵੀ ਉਹ ਗਲਤ ਹੈ ਤੇ ਹਾਲਾਂਕਿ ਜਿਹੜੇ ਕਿ ਪੋਸਟਰਾਂ ਦੇ ਕਾਲਖ ਮਸਲੀ ਗਈ ਸੀ ਉਹ ਸਾਰੇ ਪੋਸਟਰ ਜਿਹੜੇ ਕਿ ਲਾਹ ਦਿੱਤੇ ਗਏ ਨੇ ਕੈਮਰਾਮੈਨ ਹਰਜੋਤ ਦੇ ਨਾਲ ਕਮਲਜੀਤ ਸਿੰਘ ਲਿਵ ਇੰਡੀਆ ਨਿਊਜ਼ ਮੋਹਾਲੀ